ਮੈਂ 2012 ਚ ਲੜਿਆ ਸੀ ਭੱਠਲ ਵਿਰੁੱਧ, ਉਦੋਂ ਭਰਤੀ ਮੈਂ ਕਿ ਭਾਈ ਕਲਾਕਾਰੀ ਵਾਲੀ ਕਮਾਈ ਮੇਰੀ ਇੰਨੀ ਹੈ। 2014 ਜਦੋਂ ਸੰਗਰੂਰ ਤੋਂ ਲੜਿਆ ਉਦੋਂ ਭਰਤੀ ਤਾਂ 12 ਨਾਲੋਂ 14 ਚ ਘੱਟ ਗਈ। ਫਿਰ ਮੈਂ 17 ਚ ਲੜਿਆ ਜਲਾਲਾਬਾਦ ਤੋਂ, ਉਦੋਂ 14 ਨਾਲੋਂ ਵੀ ਘੱਟ ਗਈ, ਨਾਲੇ ਜਿੱਤਿਆ ਹੋਇਆ ਸੀ ਉਦੋਂ, ਉਦੋਂ 14 ਨਾਲੋਂ ਵੀ ਘੱਟ ਗਈ। ਹੁਣ ਕੱਲ੍ਹ ਪਰਸੋਂ ਲਿਆ ਕਾਗਜ਼ ਤਿਆਰ ਕਰਦੇ ਪਿੰਡ ਦੀ, ਮੈਂ ਪੁੱਛਿਆ ਉਹਨਾਂ ਨੂੰ ਮੈਂ ਕਿਵੇਂ, ਕਹਿੰਦੇ ਜੀ ਘੱਟ ਗਈ। ਮੈਂ ਕਿਹਦੇ ਨਾਲੋਂ, ਕਹਿੰਦੇ 17 ਨਾਲੋਂ ਵੀ ਘੱਟ ਗਈ। ਮੈਂ ਕਿਹਾ ਮੇਰੀ ਯਾਰ ਪ੍ਰੋਪਰਟੀ ਜਿਹੜੀ ਹੈ, ਮੇਰੀ ਜਿਹੜੀ ਜਾਇਦਾਦ ਹੈ, ਉਹ ਜਿੱਤਣ ਤੋਂ ਬਾਅਦ ਵੀ ਘਟੀ ਜਾਂਦੀ ਹੈ, ਇਹਨਾਂ ਦੀ ਹਾਰਿਆ ਹੋਇਆਂ ਦੀ ਵੀ ਤਿੱਗਣੀ ਹੋ ਜਾਂਦੀ ਹੈ ਯਾਰ ਅਗਲੀ ਵਾਰੀ। ਬੇਸ਼ੱਕ ਸੰਗਰੂਰ ਤੋਂ ਲੋਕ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਤੋਂ ਇਲਾਵਾ ਕਿਸੇ ਵੀ ਪਾਰਟੀ ਵੱਲੋਂ ਅਜੇ ਤੱਕ ਉਮੀਦਵਾਰ ਨਹੀਂ ਐਲਾਨਿਆ ਗਿਆ, ਪਰ ਇਸ ਦੇ ਬਾਵਜੂਦ ਵੀ ਭਗਵੰਤ ਮਾਨ ਆਪਣੀ ਚਾਲ ਚੱਲੇ ਹੋਏ ਨੇ ਅਤੇ ਲੋਕਾਂ ਵਿੱਚ ਵਿਚਰ ਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ। ਜਿੱਥੇ ਭਗਵੰਤ ਮਾਨ ਵੱਲੋਂ ਲੋਕਾਂ ਨੂੰ ਆਪਣਾ ਰਿਪੋਰਟ ਕਾਰਡ ਦਿਖਾਇਆ ਜਾ ਰਿਹਾ, ਉੱਥੇ ਹੀ ਰਵਾਇਤੀ ਪਾਰਟੀਆਂ 'ਤੇ ਨਿਸ਼ਾਨੇ ਵੀ ਲਗਾਏ ਜਾ ਰਹੇ ਨੇ। ਭਗਵੰਤ ਮਾਨ ਵੱਲੋਂ ਹਲਕਾ ਸੰਗਰੂਰ ਦੇ ਪਿੰਡ ਸਤੌਜ ਵਿੱਚ ਲੋਕਾਂ ਨਾਲ ਮਿਲਣੀ ਕੀਤੀ ਗਈ, ਜਿੱਥੇ ਭਗਵੰਤ ਮਾਨ ਨੇ ਦੱਸਿਆ ਕਿ ਜਿਵੇਂ ਜਿਵੇਂ ਉਹ ਚੋਣਾਂ ਜਿੱਤ ਰਹੇ ਨੇ ਤਿਵੇਂ ਤਿਵੇਂ ਉਹਨਾਂ ਦੀ ਪ੍ਰੋਪਰਟੀ ਅਤੇ ਆਮਦਨ ਵੀ ਘਟਦੀ ਜਾ ਰਹੀ ਹੈ। ਪਰ ਇਸ ਦੇ ਉਲਟ ਭਗਵੰਤ ਮਾਨ ਦਾ ਕਹਿਣਾ ਹੈ ਕਿ ਰਵਾਇਤੀ ਪਾਰਟੀਆਂ ਦੇ ਆਗੂ ਹਾਰਨ ਤੋਂ ਬਾਅਦ ਵੀ ਅਮੀਰ ਹੁੰਦੇ ਜਾ ਰਹੇ ਨੇ। ਸੋ ਮੇਰੀ ਡਿਊਟੀ ਤੁਸੀਂ ਜਿੱਥੇ ਲਾਈ ਮੈਂ ਉੱਥੇ ਨਿਭਾ ਰਿਹਾ, ਤੁਹਾਡੇ ਤੋਂ ਵੱਧ ਮੈਨੂੰ ਕੋਈ ਨਹੀਂ ਜਾਣਦਾ। ਪਹਿਲਾਂ ਮੈਂ ਲੱਖਾਂ ਕਰੋੜਾਂ ਰੁਪਈਏ ਫਿਲਮਾਂ ਟੈਲੀਵਿਜ਼ਨ 'ਚੋਂ ਲੈ ਸਕਦਾ ਸੀ, ਹੁਣ ਵੀ ਲੈ ਸਕਦਾ ਸੀ, ਮੈਨੂੰ ਕੀ ਲੋੜ ਸੀ ਫਿਰ ਮੌਕੇ ਇੱਥੇ ਟੋਬੇ ਦਾ ਮੌਕਾ ਦੇਖਣ ਦੀ ਜਾਂ ਨਾਲੀਆਂ ਦੇ ਮੌਕੇ ਦੇਖਣ। ਉਸ ਤੋਂ ਬਾਅਦ ਤੁਸੀਂ ਦੇਖੋਗੇ ਕਿ ਜਦੋਂ ਵੀ ਕੋਈ MLA ਜਾਂ MP ਦੀ ਚੋਣ ਲੜਦਾ ਹੈ ਉਹਨੂੰ ਨਾਲ ਇੱਕ ਫਾਰਮ ਭਰਨਾ ਪੈਂਦਾ ਵੀ ਉਹਦੇ ਕੋਲੇ ਕਿੰਨੀ ਪ੍ਰੋਪਰਟੀ ਹੈ, ਕਿੰਨੀ ਉਹਨੇ ਜ਼ਮੀਨ ਆ, ਉਹਦੇ ਕੋਲੇ ਕਿੰਨੇ ਪਲਾਟ ਨੇ, ਕਿੰਨੇ ਘਰ ਨੇ, ਕਿੰਨੀ ਉਹਦੇ ਕੋਲ ਕਾਰਾਂ ਨੇ, ਕਿੰਨੀ ਉਹਦੇ ਘਰ ਵਾਲੀ ਕੋਲੇ ਗਹਿਣੇ ਨੇ, ਸੋਨਾ ਸਾਰਾ ਦੱਸਣਾ ਪੈਂਦਾ। ਮੈਂ 2012 ਚ ਲੜਿਆ ਸੀ ਭੱਠਲ ਵਿਰੁੱਧ, ਉਦੋਂ ਭਰਤੀ ਮੈਂ ਕਿ ਭਾਈ ਕਲਾਕਾਰੀ ਵਾਲੀ ਕਮਾਈ ਮੇਰੀ ਇੰਨੀ ਹੈ। 2014 ਜਦੋਂ ਸੰਗਰੂਰ ਤੋਂ ਲੜਿਆ ਉਦੋਂ ਭਰਤੀ ਤਾਂ 12 ਨਾਲੋਂ 14 ਚ ਘੱਟ ਗਈ, ਕਿਉਂਕਿ ਆਪਾਂ ਬੰਦ ਕਰਤਾ ਕੰਮ ਸ਼ੋ ਕਲਾਕਾਰੀ ਵਾਲਾ। ਫਿਰ ਮੈਂ 17 ਚ ਲੜਿਆ ਜਲਾਲਾਬਾਦ ਤੋਂ ਸੁਖਬੀਰ ਬਾਦਲ ਵਿਰੁੱਧ, ਉਦੋਂ 14 ਨਾਲੋਂ ਵੀ ਘੱਟ ਗਈ, ਨਾਲੇ ਜਿੱਤਿਆ ਹੋਇਆ ਸੀ ਉਹਨੂੰ, ਉਦੋਂ 14 ਨਾਲੋਂ ਵੀ ਘੱਟ ਗਈ। ਹੁਣ ਕੱਲ੍ਹ ਪਰਸੋਂ ਲਿਆ ਕਾਗਜ਼ ਤਿਆਰ ਕਰਦੇ ਪਿੰਡ ਦੀ, ਮੈਂ ਪੁੱਛਿਆ ਉਹਨਾਂ ਨੂੰ ਮੈਂ ਕਿਵੇਂ, ਕਹਿੰਦੇ ਜੀ ਘੱਟ ਗਈ। ਮੈਂ ਕਿਹਦੇ ਨਾਲੋਂ, ਕਹਿੰਦੇ 17 ਨਾਲੋਂ ਵੀ ਘੱਟ ਗਈ। ਮੈਂ ਕਿਹਾ ਮੇਰੀ ਯਾਰ ਪ੍ਰੋਪਰਟੀ ਜਿਹੜੀ ਹੈ, ਮੇਰੀ ਜਿਹੜੀ ਜਾਇਦਾਦ ਹੈ, ਉਹ ਜਿੱਤਣ ਤੋਂ ਬਾਅਦ ਵੀ ਘਟੀ ਜਾਂਦੀ ਹੈ, ਇਹਨਾਂ ਦੀ ਹਾਰਿਆ ਹੋਇਆਂ ਦੀ ਵੀ ਤਿੱਗਣੀ ਹੋ ਜਾਂਦੀ ਹੈ ਯਾਰ ਅਗਲੀ ਵਾਰੀ। ਇਹ ਕਿੱਥੋਂ ਹੁੰਦੀ ਹੈ ਫਿਰ? ਕਿਉਂਕਿ ਉਹ ਰਿਸ਼ਵਤ ਖਾਂਦੇ, ਉਹ ਪੈਸੇ ਖਾਂਦੇ। ਉਹ ਜਿੰਨੀ ਮੇਰੀ ਤਨਖਾਹ ਹੈ ਉਹਨੇ 10 ਦਿਨਾਂ 'ਚ ਮੇਰੀ ਗੱਡੀ ਤੇਲ ਖਾ ਜਾਂਦੀ ਹੈ, ਰੋਟੀ ਪਾਣੀ ਸਮਾਂ ਲਾ ਕੇ 10 ਦਿਨ ਦਾ ਬਸ। ਉਹ ਤੋਂ ਬਾਅਦ 20 ਦਿਨ ਯਾਰਾਂ ਦੋਸਤਾਂ ਤੋਂ ਬਾਹਰਲੇ ਮੁਲਕਾਂ 'ਚ ਖੇਡ ਦਿੰਦੇ ਨੇ, ਹੁਣ ਤੋਂ ਦਾਸ ਦੇ ਕੰਮ ਚੱਲਦਾ ਹੈ। ਇੱਧਰੋਂ ਨਹੀਂ ਪੈਸਾ ਖਾਣਾ, 26,60,00,000 ਰੁਪਈਆ ਮੇਰੇ ਹੱਥਾਂ ਵਿੱਚ 5 ਸਾਲਾਂ 'ਚ ਲੰਘ ਗਿਆ। 1 ਰੁਪਈਏ ਦੀ ਵੀ ਕੋਈ ਇਲਜ਼ਾਮ ਲਾ ਦੇ ਤਾਂ ਲੋਕਾਂ ਨੇ ਚੁੱਕੀ ਆ ਮੇਰਾ ਸਿਰ। ਆਹ ਫਰਕ ਹੈ ਬਸ, ਨੀਤ ਨਹੀਂ ਸਾਫ ਹੈਗੀ, ਲੁੱਟੀ ਜਾਂਦੇ 5-5 ਸਾਲ ਦੀਆਂ ਬਾਰੀਆਂ ਬਣਾ ਕੇ। ਆਹੀ ਇਹਨਾਂ ਨੂੰ ਦੁੱਖ ਹੈ ਵੀ ਆਮ ਲੋਕਾਂ ਧੀਆਂ ਪੁੱਤ ਕਿਉਂ ਜਿੱਤ ਗਏ, ਅਸੀਂ ਕਿਉਂ ਹਾਰ ਗਏ। ਭਗਵੰਤ ਮਾਨ ਇੱਥੇ ਹੀ ਨਹੀਂ ਰੁਕੇ, ਉਹਨਾਂ ਨੇ ਵਿਅੰਗਮਈ ਤਰੀਕੇ ਦੇ ਨਾਲ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ ਸਾਧੇ। ਮੋਬਾਈਲ ਫੋਨ ਵੀ ਨਹੀਂ ਮਿਲੇ, 2500 ਰੁਪਏ ਬੜਾਪਾ ਪੈਨਸ਼ਨ ਵੀ ਨਹੀਂ ਮਿਲੀ, 5 ਮਰਲਿਆਂ ਦੇ ਪਲਾਟ ਗਰੀਬਾਂ ਨੂੰ ਦੇਣੇ ਸੀ ਉਹ ਵੀ ਨਹੀਂ ਮਿਲੇ। ਉੱਥੇ ਖੜੇ ਆ ਬਸ, 2 ਸਾਲ ਹੋ ਗਏ, ਕੀ ਬਦਲ ਗਿਆ ਜੀ?
ਉਹ ਸਾਨੂੰ ਮਹਿੰਗਾ ਹੋ ਗਿਆ। ਕਹਿੰਦੇ ਹੋਰ ਗੁਟਕਾ ਚੱਕ ਕੇ ਸੌਂ ਖਾਧੀ ਸੀ ਮੈਂ, ਚਾਰ ਹਫ਼ਤੇ ਖਤਮ ਕਰ ਦੂੰ। ਹੱਦ ਹੈ ਯਾਰ, ਇੰਨੇ ਕਮਲੇ ਸਮਝਦੇ ਆਪਾਂ ਨੂੰ ਇਹ, ਹੁਣ ਨੀ ਚੱਲਣਾ ਇਹ ਕੰਮ। ਗੁਰੂ ਸਾਹਿਬ ਦੀ ਬੇਅਦਬੀ ਹੋ ਗਈ ਬਰਗਾੜੀ, ਮੈਂ ਵੀ ਗਿਆ ਸੀ ਦੋ ਵਾਰੀ, ਬੋਲ ਕੇ ਆਇਆ। ਬੱਚੇ ਬੱਚੇ ਨੂੰ ਪਤਾ ਕਿਹਨੇ ਕਰਾਈ ਹੈ ਗੱਲ, ਕੈਪਟਨ ਨੂੰ ਨੀ ਪਤਾ ਬਸ। ਬਾਦਲਾਂ ਦਾ ਨਾਂ ਆਉਂਦਾ ਪਿਓ ਪੁੱਤਾਂ ਦਾ, ਗੋਲੀ ਚਲਾਉਂਦੇ ਆਰਡਰ ਕਿਹਨੇ ਦਿੱਤੇ ਉੱਥੇ? ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੀ ਸੀ ਸੰਗਤ ਤਾਂ, ਇੱਥੇ ਗੋਲੀ ਵੱਜੀ, ਮੈਂ ਦੇਖ ਕੇ ਆਇਆ ਮੁੰਡਿਆਂ ਦੇ ਬਾਈਬਲ ਕਿਨਾਰੇ, ਇੱਥੇ ਗੋਲੀ ਵੱਜੀ ਹੋਈ ਸੀ। ਸਰਕਾਰ ਦੇ ਕਾਨੂੰਨ ਮੁਤਾਬਕ ਜੇ ਭੀੜ ਬੇਕਾਬੂ ਹੋ ਜਾਏ ਨਾ, ਪਹਿਲਾਂ ਗੋਡਿਆਂ ਤੋਂ ਥੱਲੇ ਥੱਲੇ ਗੋਲੀਆਂ ਚਲਾਉਣੀਆਂ ਪੈਂਦੀਆਂ ਵੀ ਜ਼ਖਮੀ ਹੋਣ, ਉਹਨਾਂ ਦੀ ਮੌਤ ਜਾਨ ਨਾ ਜਾਵੇ। ਉਹਨਾਂ ਸਿੱਧੀਆਂ ਮੱਥੇ 'ਚ ਮਾਰੀਆਂ, ਨਾਲੇ ਉਹ ਕਿਹੜਾ ਕੁਝ ਕੁਛ ਕਹਿੰਦਾ, ਜਾਪ ਕਰੀਏ ਤੁਸੀਂ ਲੰਗਰ ਵਰਤਾਉਂਦੇ ਸੀ ਮੁੰਡੇ, ਹਜੇ ਤੱਕ ਨੀ ਪਤਾ ਲੱਗਿਆ ਜੀ। ਕਦੇ ਕੋਈ ਕਮਿਸ਼ਨ ਬਿਠਾ ਦਿਓ, ਕਦੇ ਕੋਈ ਕਮਿਸ਼ਨ ਬਿਠਾ ਦਿਓ, ਕੋਈ ਗੱਲ ਨੀ। ਗੁਰੂ ਸਾਡਾ ਗੁਰੂ ਜਿਹੜਾ ਨਾ ਉਹ ਜਾਣੀ ਜਾਣਾ, ਗੁਰੂ ਆਪ ਸਜ਼ਾ ਦੇਊਗਾ। ਮੈਂ ਬਰਗਾੜੀ ਨੀ ਬੋਲ ਕੇ ਆਇਆ ਸੀ, ਕਿਸੇ ਬੰਦੇ ਤੋਂ ਉਮੀਦ ਨਾ ਕਰੋ ਕੈਪਟਨ ਕੁਪਟਨ ਤੋਂ ਵੀ ਉਹ ਸਜ਼ਾ ਦੇਊਗਾ ਗੁਰੂ ਸਾਹਿਬ ਦੋਸ਼ੀਆਂ ਨੂੰ। ਗੁਰੂ ਆਪ ਸਜ਼ਾ ਦੇਊਗਾ, ਉਹਦੀ ਚੱਕੀ ਚੱਲਦੀ ਥੋੜੀ ਜਿਹੀ ਹੌਲੀ ਹੈ ਪਰ ਪੀਂਦੀ ਬਹੁਤ ਬਰੀਕ ਹੈ। ਹਾਂ ਆਹ ਸਜ਼ਾ ਹੀ ਹੈ, ਹੁਣ 92 ਸਾਲ ਦਾ ਬੁੜਾ ਵੱਡਾ ਬਾਦਲ, ਉਹ ਪਰਦੇ ਕਾਲ ਤੱਕ ਸਭ ਦੇ ਬਿਨਾਂ ਬੁਲਾਈ, ਸਾਰਾ ਟੱਬਰ ਜੁੱਤੀਆਂ ਜੋੜੇ ਸਾਫ ਕਰਦੇ ਵੀ ਸ਼ਾਇਦ ਲੋਕ ਗਾਲੀ ਮੰਨ ਲੈਣ ਜਾਂ ਲੋਕ ਮਗਰ ਲੱਗ ਜਾਣ। ਲੋਕਾਂ ਨੇ ਉਹ ਚ ਵੀ ਮਜ਼ਾਕ ਉਡਾਇਆ, ਉਹ ਕਹਿੰਦਾ ਨੰਗ ਸੁੰਨ ਮਾਰਦਾ ਨਾ ਲੱਤ ਮਾਰਦਾ, ਰੱਬ ਜਦੋਂ ਮਾਰਦਾ ਮੱਤ ਮਾਰਦਾ, ਉਹ ਮੱਤ ਬੱਜੀ ਪਈ। ਉਹ ਸੁਖਬੀਰ ਬਲ ਪਤਾ ਨੀ ਕੀ ਖਾਧਾ ਸੀ ਉਹਨੇ, ਚੱਪਲੀਆਂ ਚੁੱਪਲੀਆਂ ਤੇ ਵੀ ਕਰਾਇਆ ਪਾਲਸ਼ਨ ਯਕੀਨ ਹੀ ਨੀ ਮੰਨਿਆ, ਕਿਹਨੇ ਯਕੀਨ ਨੀ ਮੰਨਿਆ ਬਸ ਡਰਾਮਾ ਕਰਦੇ। ਤਿੰਨ ਦਿਨ ਪੱਤਰਕਾਰ ਪੁੱਛੀ ਗਏ ਗਲਤੀਆਂ ਤਾਂ ਦੱਸ ਦੋ ਕਿਹੜੀਆਂ ਨੇ, ਜਿਹਦੀ ਭੁੱਲ ਬਖਸ਼ਾਉਣਾ ਹੋ ਕਹਿੰਦਾ ਗਲਤੀਆਂ ਨੇ ਉਹ ਗਲਤੀਆਂ। ਸੁਵੀਰੋ ਇੱਕ ਗੱਲ ਦਾ ਤੁਹਾਨੂੰ ਵੀ ਮਾਣ ਮਹਿਸੂਸ ਹੁੰਦਾ ਹੋਊ ਕਿ ਪੂਰੀ ਦੁਨੀਆ 'ਚ ਅੱਜ ਆ ਬਾਦਲ ਕੇ ਐਡੇ ਐਡੇ ਧਨਾੜ ਨੇ ਆ ਕੈਪਟਨ ਕੇ, ਜੇ ਕਿਤੋਂ ਡਰਦੇ ਆ ਤਾਂ ਤੁਹਾਡੇ ਪਿੰਡ ਵਾਲੇ ਤੋਂ ਡਰਦੇ ਆ, ਹੋਰ ਕਿਤੋਂ ਨਹੀਂ। ਬਿਮਾਰੀ ਦੱਸਾਂਗੇ ਨੀ ਫਿਰ ਇਲਾਜ ਕਿਵੇਂ ਹੋਊਗਾ ਆਪਣੇ ਪਿੰਡ ਦਾ, ਨਾ ਹੀ ਚੱਲ ਜਾਂਦਾ ਹੁਣ ਤਾਂ। ਪਿਸਤੌਲ ਜਾਣਾ ਭਗਵੰਤ ਮਾਨ ਨਾਲ ਦੱਸਦੀ ਯਾਰ ਤੂੰ, ਪਰ ਕਰਾ ਕੰਮ ਜੇ ਕੋਈ ਫੇਰ ਵੀ ਰਿਸ਼ਵਤ ਮੰਗਦਾ ਕੋਈ ਅਫਸਰ ਦੱਸ। ਥੋਡੇ ਵਰਗੇ ਆ, ਥੋਡੇ ਚ ਤਾਂ ਨਿਕਲਿਆ। ਮੈਂ ਫੇਰ ਕਹਿੰਦਾ ਮੈਨੂੰ ਪਿੰਡ, ਮੈਨੂੰ ਕਹਿੰਦੇ ਨੇ ਵੀ ਤੁਸੀਂ ਪਿੰਡ ਜਦੋਂ ਜਾਂਦੇ ਹੋ ਤਾਂ ਲੋਕ ਕਹਿੰਦੇ ਹੋਣੇ ਕਿ ਸਾਹ, ਨਾ ਹੀ ਮੈਂ ਸਾਹ ਪੜ ਕੇ ਜਾਣਾ, ਨਾ ਹੀ ਮੈਂ ਕਹਾਉਣਾ ਚਾਹੁੰਦਾ, ਨਾ ਹੀ ਮੈਂ ਕਹਾਉਣਾ ਚਾਹੁੰਦਾ ਸਾਹ। ਤੁਹਾਡੇ ਵਾਸਤੇ ਥੋੜੀ ਸਾਹ ਆ ਯਾਰ ਦੋਸਤਾਂ, ਇਕੱਠੇ ਖੇਡੇ ਆ ਇਕੱਠੇ ਪੜ੍ਹੇ ਆ, ਔਰ ਪਿੰਡ ਵਾਸਤੇ ਪਿੰਡ ਵਾਸਤੇ ਮੈਂ ਕੋਈ ਤੁਹਾਡੀ ਬੰਦੀ ਵੀ ਨੀ ਬਣਾਉਂਦਾ ਕਿ ਜਿਹਨੂੰ ਮੈਂ ਤਾਂ ਤੁਹਾਨੂੰ ਇੱਥੋਂ ਤੱਕ ਕਹਿਣਾ, ਜਿਹੜਾ ਤੁਹਾਨੂੰ ਚੰਗਾ ਲੱਗਦਾ ਯਾਰ ਉਹਨੂੰ ਵੋਟਾਂ ਪਾ। ਮੈਂ ਇੱਥੇ ਆਪਣੇ ਪਿੰਡ 'ਚ ਕੀ ਕਹਿਣਾ ਹੈ ਕਿ ਮੈਨੂੰ ਵੋਟਾਂ ਪਾ, ਜੇ ਮੈਂ ਚੰਗਾ ਲੱਗਦਾ ਮੈਨੂੰ ਪਾ ਦਿਓ, ਕੋਈ ਹੋਰ ਵਧੀਆ ਲੱਗਦਾ ਉਹਨੂੰ ਪਾ ਦਿਓ। ਮੰਦ ਬੁੱਧੀ ਹੈ, ਅਜੇ ਤਾਂ ਸੰਗਤ ਲੱਗਦੇ ਆ, ਅਜੇ ਤਾਂ ਸੰਗਤ ਲੱਗਦੇ ਆ। ਲੋਕ ਨੰਬਰ ਦੇ ਕੇ ਜਾਂਦੇ ਬੰਦੇ ਦੱਸਿਆ, ਲੈ ਤੇਰਾ ਮੁੰਡਾ ਕਹਿੰਦੇ ਰੋੜੇ ਰੋੜੇ ਨਾ ਮਾਰੇ, ਇਹਨੂੰ ਕੁਰਜੀ ਨਾ ਮੱਲ ਲੈ ਆ। ਉਹ ਕੁਛ ਕਹਿੰਦਾ ਚਾਰ ਪੰਜ ਵਾਰੀ ਤਾਂ ਆਪਦੇ ਬਾਪ ਨੂੰ ਕਹਿ ਕੇ, ਕਹਿੰਦਾ ਮੇਰੇ ਪਿਤਾ ਸਮਾਨ ਹੈ ਇਹ।
ਉਹਨੂੰ ਉੱਠ ਕੇ ਬਾਦਲ ਨੂੰ ਕਹਿਣਾ ਪੈਂਦਾ ਉਹ ਸਮਾਨ ਨੀ ਉਹ ਪਿਓਰੀਆਂ ਤਰ੍ਹਾਂ ਉਹਦਾ ਉਹ ਸਭ ਕਮਾਇਆ ਹੈ ਉਹ ਵੀਰੋ ਉਹਨਾਂ ਮੂਹਰੇ ਪਰ ਉਹਨਾਂ ਨੂੰ ਇਹੀ ਦੁੱਖ ਇਹੀ ਹੈ ਕਿ ਆਮ ਲੋਕਾਂ ਦੇ ਧੀਆਂ ਪੁੱਤ ਕਿਉਂ ਮੂਹਰੇ ਆ ਗਏ ਸਾਡੇ ਵਾਲੇ ਕਿਉਂ ਹਾਰ ਗਏ ਆਮ ਲੋਕਾਂ ਦੇ ਧੀਆਂ ਪੁੱਤ ਕਿਉਂ ਮੂਹਰੇ ਆ ਗਏ ਆਹੀ ਦੁੱਖ ਹੈ ਇਸ ਕਰਕੇ ਲੱਗੇ ਹੋਏ ਨੇ ਹਰਾਉਣ ਹਰਾਉਣ ਮੈਂ ਕਿਹਾ ਮੈਨੂੰ ਤਾਂ ਹਰਾਉਂਗੇ ਜੇ ਮੈਂ ਖੜਾ ਹੋਊਂ ਮੈਂ ਤਾਂ ਨਹੀਂ ਲੜਦਾ ਮੇਰੇ ਵਾਸਤੇ ਤੁਸੀਂ ਲੜਦੇ ਜਦੋਂ ਲੋਕ ਲੜਦੇ ਹੋਣ ਫਿਰ ਕਿਹਨੂੰ ਕਿਹਨੂੰ ਹਰਾ ਲਓਗੇ ਤੁਸੀਂ ਜਾਓ ਹਰਾ ਲਓ ਫਿਰ ਹਰਾ ਲਓ ਸੋ ਮੈਂ ਤਾਂ ਆਪ ਕਹਿੰਦਾ ਜੇ ਕੋਈ ਮੇਰੇ ਨਾਲ ਵਧੀਆ ਤੁਹਾਨੂੰ ਐਮ ਪੀ ਲੱਭਦਾ ਹੈ ਪਾਰਲੀਮੈਂਟ 'ਚ ਵੀ ਤੁਹਾਡੇ ਮੁੱਦੇ ਚੱਕੇ ਹਿਸਾਬ ਕਿਤਾਬ ਵੀ ਦੇਵੇ ਬਾਹਰਲੇ ਮੁਲਕ 'ਚ ਛੁਡਾ ਕੇ ਵੀ ਲਿਆਵੇ ਫਸੇ ਹੋਏ ਪੰਜਾਬੀਆਂ ਨੂੰ ਮੈਂ ਕਹਿੰਦਾ ਉਹਨੂੰ ਵੋਟਾਂ ਪਾਓ ਯਾਰ ਮੈਨੂੰ ਕਰੋ ਵਿਹਲਾ ਮੈਂ ਦੁਬਾਰੇ ਕੁਲਫੀ ਆਪਦੀ ਗਰਮ ਕਰਾਂ ਆ ਮੈਨੂੰ ਢਲੋਈ ਆ ਜਿਹੜੀ ਜਿਹੜੇ ਫਿਲਮਾਂ 'ਚ ਨੇ ਕਰਮਜੀਤ ਅਨਮੋਲ ਆ ਆਪਣਾ ਜਗਤਾਰ ਜੱਗੀ ਆ ਦੇਵ ਖਰੌੜ ਸਾਰੇ ਮੇਰੀ ਤਾਂ ਟੀਮ ਹੈ ਉਹ ਇੱਥੇ ਤਾਂ ਉਰੀ ਤਾਂ ਹੁੰਦੇ ਰਹੇ ਆਪਾਂ ਟੂਰਨਾਮੈਂਟਾਂ 'ਤੇ ਕਿਉਂ ਨਹੀਂ ਕਿ ਹੈ ਸੋ ਵੀਰੋ ਤੁਹਾਡੇ ਤੋਂ ਵੱਡਾ ਮੈਂ ਕੁਛ ਨਹੀਂ ਨਾ ਹੀ ਤੁਹਾਨੂੰ ਮੈਂ ਭਾਸ਼ਣ ਦੇ ਸਕਦਾ ਮੈਨੂੰ ਤਾਂ ਇੰਨਾ ਮਾਣ ਹੈ ਕਿ ਜਦੋਂ ਪਿੰਡ ਸਪਹੁੰਚ ਜਾਓਗੇ ਜਾ ਕੇ ਜਿਹਨੂੰ ਮਰਜ਼ੀ ਪੁੱਛ ਲਿਓ ਕਿ ਭਾਈ ਤੁਹਾਡਾ ਪੁੱਤ ਹੈ ਭਤੀਜਾ ਹੈ ਤੁਹਾਡਾ ਛੋਟਾ ਵੱਡਾ ਭਰਾ ਹੈ ਉਹਨੇ ਮੇਰੇ ਸਾਨ ਤਾਂ ਨਹੀਂ ਕੀਤਾ ਤਾਂ ਮੈਂ ਮੇਰੀ ਨੀਂਹ 'ਚ ਖੋਟ ਗਿਆ ਇਹ ਗੱਲ ਮੈਂ ਧਾਰਨੀ ਹੈ ਕਿ ਦੁਨੀਆ ਪੈਸੇ ਵੱਡੇ ਵੱਡੇ ਕਮਾ ਕੇ ਤੁਰ ਕੇ ਭਾਜੀ ਜਾਣਾ ਤਾਂ ਖਾਲੀ ਹੱਥੀ ਹੈ ਜਿਤਨੇ ਮਰਜ਼ੀ ਇਕੱਠੇ ਕਰ ਲਓ ਪੈਸੇ ਹੀਰੇ ਮੋਤੀ ਮਗਰ ਖਿਆਲ ਇਤਨਾ ਰਹੇ ਕਫਨ ਪੇ ਜੇਬ ਨਹੀਂ ਹੋਤੀ ਸਾਰਾ ਕੁਛ ਇੱਥੇ ਰਹੇ ਠੀਕ ਹੈ ਨਾ ਲੈ ਗਏ ਇੱਥੋਂ ਕੋਈ ਹਾਂ ਜਿਹੜਾ ਕੋਈ ਮੁਲਕ ਵਾਸਤੇ ਕਰ ਗਿਆ ਕੋਈ ਸ਼ਹੀਦੀ ਦੇ ਗਿਆ ਦੋ ਹਾਕਮ ਹੋ ਰਹੀ ਹੋ ਗਏ ਜਗਸੀਰ ਹੋ ਰਹੀ ਹੋ ਗਈ ਯਾਦ ਰੱਖੇ ਜਾਣਗੇ ਲੋਕਾਂ 'ਚ ਕਿ ਹਾਂ ਯਾਰ ਸਾਡੇ ਲਈ ਇਹਨਾਂ ਨੇ ਕੀ ਕੀਤਾ ਵਿਚਰੇ ਨੇ ਸੋ ਵਿਰੋਧੀਆਂ ਵੱਲੋਂ ਅਜੇ ਤੱਕ ਲੋਕਾਂ ਵਿੱਚ ਨਾ ਜਾਣਾ ਤੇ ਭਗਵੰਤ ਮਾਨ ਵੱਲੋਂ ਲਗਾਤਾਰ ਚੋਣ ਪ੍ਰਚਾਰ ਕਰਨਾ ਵਿਰੋਧੀਆਂ ਨੂੰ ਵਕਤ ਜ਼ਰੂਰ ਪਾ ਸਕਦਾ ਇਸਦਾ ਕਿੰਨਾ ਕੁ ਖਮਿਆਜ਼ਾ ਭੁਗਤਣਾ ਪੈਂਦਾ ਇਹ ਤਾਂ 19 ਮਈ ਦੀਆਂ ਚੋਣਾਂ ਤੋਂ ਬਾਅਦ 23 ਮਈ ਨੂੰ ਨਤੀਜਿਆਂ ਵਾਲੇ ਦਿਨ ਹੀ ਪਤਾ ਲੱਗ ਸਕੇਗਾ ਸੰਗਰੂਰ ਤੋਂ ਸੰਜੀਵ ਗੋਇਲ ਪੰਜਾਬੀ ਲੋਕ ਚੈਨਲ